जम्मू है सन्या खबरंच तुंदा स्वागत पहले मुख मुख खबरें कने मैं विजय बजाज केंद्रीय मंत्रिमंडल च नमे शामिल कीते के दे मंत्री अपने महकमे दा कामकाज सांभी लेता है अनुराग ठाकुरो रे सूचना ते प्रसारण मंत्री दे तौर ऊपर अपनी जिम्मेदारी सांभी है प्रधानमंत्री नरेंद्र मोदीो रे केंद्र पासेया प्रायोजित तकनीकी ادارے दे डायरेक्टर कने गल बात कीती है जम्मू कश्मीर ती सरकार ने केंद्र शासित प्रदेश च बाजार कने जुड़ी थी मदद आली योजना परवाज गी लागू करने दी मंजूरी दे दी है ਤੇ ਜੰਮੂ ਵਾਲੇ ਰਾਜ ਭਵਨ ਤੇ ਸਿਵਲ ਸੈਕਟਰੇਟ ਕੀ ਨੋ ਫਲਾਈ ਜ਼ੋਨ ਕੋਸ਼ਿਸ਼ ਕੀਤਾ ਗਿਆ ਹੈ ਜੰਮੂ ਜ਼ਿਲ੍ਹੇ ਚ ਲੈਫਟੇਨੈਂਟ ਗਵਰਨਰ ਹੁੰਦੇ ਕਾਰਜਕ੍ਰਮੇ ਦੌਰਾਨ ਡਰੋਨ ਤੇ ਐਸੇ ਹੋਰ ਨੇ ਉਪਕਰਣ ਦੇ ਇਸਤੇਮਾਲ ਉਪਰ ਰੋਕ ਲਾਈ ਦਿੱਤੀ ਗਈ ਹੈ ਖਬਰਾਂ ਦੀ ਤਫਸੀਲ ਕੁਲਾ ਪਹਿਲੇ ਇੱਕ ਸਨਿਆ ਭਾਰਤ ਨੇ ਠਾਰੇ ਬਰੇਕੁਲਾ ਮਤੀ ਬਰੇ ਸੁਦੇ ਲੋਕ ਕੇ ਗਿੱਤਾ 21 ਜੂਨ 2021ਵਾਂ ਸਰਕਾਰੀ ਕੇਂਦਰਾਂ ਚ ਮੁਫਤ ਕੋਵਿਡ-19 ਟੀਕਾ ਕਰਨ ਅਭਿਆਨ ਚ ਤੇਜ਼ੀ ਲਈ ਜਾਂਦੀ ਹੈ ਅਸ ਯੁਵਾ ਸ਼੍ਰੋਤਾਇਨ ਕੀ ਸਲਾਹ ਦਿੰਨੀਆਂ ਜੇ ਓ ਟੀਕਾ ਲਗਵਾਈ ਲੈਣ ਸਾਡੇ ਸ਼੍ਰੋਤਾਇਨ ਕੀ ਇੱਬੀ ਸਲਾਹ ਦਿੱਤੀ ਜਾਂਦੀ ਹੈ ਜੇ ਉਹ ਸੁਰੱਖਿਆ ਉਪਾਏ ਚ ਕਮੀ ਨਹੀਂ ਕਰਨ ਕਿਉਂਕਿ ਜੇ ਕੋਵਿਡ-19 ਦਾ ਸਾੜੀ ਜਿੰਦੂ ਪਰ ਖਤਰਾ ਅਜੇ ਵੀ ਬਣੇ ਦਾ ਮਿਹਰਬਾਨੀ ਕਰਿਏ ਜੇ ਕਰਬਾਰ ਜਾਣਾ ਆਤ ਜ਼ਰੂਰੀ ਨਹੀਂ ਹੋਇਆ ਤਾਂ ਘਰ ਘਰ ਬੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹ 'ਤੇ ਮਾਸਕ ਪਾਓ ਸਮਾਜੀਂ ਛਿੰਡੇ ਗਿੱਤੇ ਦੂਗੱਜ ਦੀ ਦੂਰੀ ਰੱਖੋ ਹੱਥ ਤੇ ਮੂੰਹਾਂ ਦੀ ਸਾਫ ਸੁਫਾਈ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਤੋਂ ਬਚਾਲਾ ਟੀਕਾ ਪੱਕਾ ਲਗਵਾਇ ਲਓ ਕੋਵਿਡ ਮੁਤਲਕ ਕੋ ਸਾਰੀ ਜਾਣਕਾਰੀ ਤੇ ਮਾਰਗਦਰਸ਼ਨ ਗਿੱਤੇ ਤੁਸੀਂ ਰਾਸ਼ਟਰੀ ਐਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਨੰਬਰ ਨ 01123978046 ਤੇ 1075 ਉਨ ਖਬਰਾਂ ਦੀ ਤਫਸੀਲ ਕਰਨੇ ਸ਼੍ਰਤੀ ਖਜੂਰੀਆ ਕੇਂਦਰੀ ਮੰਤਰੀ ਮੰਡਲ ਦੇ ਚਕਾਲੂਏ ਦੇ ਵਿਸਤਾਰ ਮਗਰਾਂ ਨਵੇਂ ਚੁਣੋਏ ਦੇ ਕਈ ਮੰਤਰੀ ਅੱਜ ਆਪਣਾ ਅਹੁਦਾ ਸੰਭਾਲ ਲਿਆ। ਵਿਰਾਸ਼ਪਤੀ ਰਾਮਨਾਥ ਕੋਵਿੰਦੋ ਨੇ ਕੱਲ ਇੱਕ ਸਮਾਰੋਹ 15ਵੀਂ ਕੈਬਨਟ ਦੇ ਠਾਈਂਗੀ ਰਾਜ ਮੰਤਰੀ ਕੀਤੇ ਅਹੁਦੇ ਦੇ ਸਗੰਦ ਦਵਾਹੀ। ਅਨਰਕ ਠਾਕੁਰੋ ਨੇ ਅੱਜ ਸੂਚਨਾ ਦੇ ਪ੍ਰਸਾਰਣ ਮੰਤਰੀ ਦੇ ਤੌਰ ਪਰ ਆਪਣਾ ਅਹੁਦਾ ਸੰਭਾਲ ਲਿਆ। इस मौके पर अनुराग ठाकुर हो प्रधानमंत्री नरेंद्र मोदी हो पिछले सत्े ब मे सारे महत्वपूर्ण कम गलाया गला सूचना प्रसारण मंत्री तौर पर अपनी जिम्मेदार बेहतर ढंगे सर निभाने के कन्कवास आसें तागें पर भी खरा उतरगन मनसुख मांडविया हो अ सेहत पर परिवार कल्याण मंत्रालय का कमक संभाली लिया है केन्द्रीय मंत्रिमंडल च श्री मांडविया हो रसायन उर्वरक मंत्रालय का बादू कामक भी सौंपे गये ਆਪਨਾ ਅਹੁਦਾ ਸੰਭਾਲਨੇ ਪ੍ਰੰਤ ਮੰਚੂਰੇ ਗਲਾਇਆ ਜੋ ਪ੍ਰਧਾਨ ਮੰਤਰੀ ਤੇ ਆਮ ਲੋਕਾਂ ਕੇ ਦੀਏ ਮੇਦਿਆਂ ਪਰ ਖੜਾ ਉਤਰਨੇ ਦੀ ਉਹ ਪੂਰੀ ਪੂਰੀ ਕੋਸ਼ਿਸ਼ ਕਰਨਗਨ ਸੇਤੇ ਪਰਵਾਰ ਕਲਿਆਣ ਰਾਜ ਮੰਤਰੀ ਡਾਕਟਰ 파rti پرਵੀਨ ਪਰਵਾਰੋਰੇ ਵੀ ਅਜ ਆਪਣਾ ਅਹੁਦਾ ਸੰਭਾਲ ਲਿਆ ਅਸ਼ਵਨੀ ਵੈਸ਼ਨਵੋਰੇ ਰੇਲਵੇ ਸੰਚਾਰ ਇਲੈਕਟ੍ਰੋਨਿਕਸ ਤੇ ਸੂਚਨਾ ਤੇ ਪ੍ਰਦਯੋਗੀ ਕੀ ਦਾ ਅਹੁਦਾ ਸੰਭਾਲ ਲੇਤਾ ਹੈ ਆਪਣਾ ਅਹੁਦਾ ਸੰਭਾਲਨੇ ਪ੍ਰੰਤ ਉਹਨੇ ਆਖਿਆ ਜੋ ਉਹ ਰੇਲਵੇ ਚ ਹੋਰ ਸੁਧਾਰ ਕਰਨੇ ਲਈ ਲਗਾਤਾਰ ਕੰਮ ਕਰਨਗਨ रेल मंत्रालय च नमें नियुक्त राज्य मंत्री दर्शन विक्रम जरतोष राव साहेब दानवे हो अ रेल भवन जाइए अपना संभाल किरण रिजिजू होें कानून न्याय मंत्री दे तौर पर अपना संभालिया इस मौके पर बोलते हुए किरण रिजिजू चुनौती है ते जिम्मेवारी भी है उने आखिया कानूनी सरिस्त गी मुल्ख च मजबूत बनाना प्रधानमंत्री नरेंद्र मोदी हुर् आत्मनिर्भर भारत का एक हिस्सा है ਜੀ ਕਿਸ਼ਨ ਰੈੱਡਿਓ ਨੇ ਸੰਸਕ੍ਰਿਤੀ ਤੇ ਸੈਲਸਫਾ ਮੰਤਰਾਲੇ ਦਾ ਕੰਮਕਾਜ ਸੰਭਾਲਿਆ ਰੈੱਡਿਓ ਰਿੰਗੀ ਉੱਤਰ ਪੂਰਬ ਖਿੱਤੇ ਦੇ ਵਿਕਾਸ ਸਰਬੰਧੀ ਮੰਤਰਾਲੇ ਦਾ ਕੰਮਕਾਜ ਵੀ ਸੌਂਪਿਆ ਗਿਆ ਸੰਸਕ੍ਰਿਤੀ ਰਾਜ ਮੰਤਰੀ ਮਿਨਾਕਸ਼ੀ ਲੇਖੀ ਤੇ ਅਰਜੁਨ ਰਾਮ ਮੇਗਵਾਲੋ ਨੇ ਵੀ ਆਪਣਾ ਆਪਣਾ ਉਦਦ ਸੰਭਾਲ ਲਿਆ ਹਰਦੀਪ ਸਿੰਘ ਪੂਰੀਓ ਨੇ ਪੈਟਰੋਲੀਅਮ ਤੇ ਕੁਦਰਤੀ ਗੈਸ ਸਰਬੰਧੀ ਮੰਤਰਾਲੇ ਦਾ ਕੰਮਕਾਜ ਸੰਭਾਲਿਆ ਰਾਮਚੰਦਰ ਪ੍ਰਸਾਦ ਸਿੰਘੋ ਨੇ ਸਟੀਲ ਮੰਤਰਾਲੇ ਦਾ ਕੰਮਕਾਜ ਸੰਭਾਲਿਆ ਔਰ ਨੇ ਦੂਏ ਕੇਂਦਰੀ ਮੰਤਰਿਆਂ ਵੀ ਆਪਣੇ ਆਪਣੇ ਮੰਤਰਾਲੇ ਦਾ ਕੰਮਕਾਜ है। नमे नियुक्त मंत्री मंत्रियों नमी दिल्ली च भारतीय जनता पार्टी के दफ्तर ग सिविल हवाबाजी महकमे के मंत्री ज्योतिरादित्य सिंधिया ते तन्दरगाह जहाजरान जलमार्गे आयुष महकमे के राज्य मंत्री सर्वानंद सोनोवाल पार्टी के दफ्तर आए ते पंडित दीनदयाल उपाध्याय त्यामा प्रसाद मुखर्जी हो पुष्पांजलि भेंट की उन्होंने पार्टी के लीडरों मुलाकात भी कीती पर्यावरण जंगलात जलवायु परिवर्तन श्रम ते रोजगार मंत्री भूपेंद्र यादव हो पार्टी दफ्तर गए तारतीय जनता पार्टी के प्रधान जे पी नड्डा हई मिले mm. प्रधानमंत्री नरेंद्र मोदी हो वीडियो कॉन्फ्रेंस रााए केंद्र ते वित्तीय सहयोग चलाते तकनीकी संस्थाने दे निदेशकों क संवाद किया बैठक च नियुक्त के गए शिक्षा मंत्री धर्मेंद्र प्रधान भी शामिल होए एक ट्वीट स्नें ਉਰੇ ਮੇਦ ਜ਼ਾਹਿਰ ਕੀਤੀ ਜੇ ਪ੍ਰਧਾਨ ਮੰਤਰੀਉਂ ਦੇ ਮਾਰਗਦਰਸ਼ਨ ਤੇ ਸਿੱਖਣਿਕ ਸੰਸਥਾਨੇ ਦੇ ਸਹਿਯੋਗ ਕੰਨੇ ਮੰਤralੇ ਸਿੱਖਿਆ ਕੀ ਵਿਆਸ਼ਵਿਕ ਮਾਨਕੇ ਦੇ ਅਨੁਰੂਪ ਰੋਜ਼ਗਾਰ ਤੇ ਮਤਾਬਗ ਬਣਾਉਣ ਦੇ ਕੰਨੋ ਕਨੀ ਮਤਾ ਸਮਾਵੇਸ਼ੀ ਸਮਾਗਰ ਬਣਾਉਣ ਦੇ ਹਸਤੇ ਨਵੇਂ ਮਾਨਕ ਸਾਪਿਤ ਕਰਨ ਦਾ ਕਮ ਜਾਰੀ ਰੱਖੋ ਸਿੱਖਿਆ ਮੰਤਰੀ ਨੇ ਆਖਿਆ ਜੇ ਪਾਰੇ ਸਰਕਾਰ ਦੇਸ਼ ਕੀ ਇੱਕ ਸਮਾਨ ਗਿਆਨ ਵਾਲੇ ਸਮਾਜ ਅਲੀ ਪੇ ਚਲੇ ਜਾਣੇ ਆਸਤੇ ਵਿਦਿਆਰਥੀਆਂ ਤੇ ਯੁਵਾਵਾਂ ਦੀ ਮੁੱਖ ਇਤਤਾਰਕ ਬਣਾਣੇ ਆਸਤੇ ਬਚਨੇ ਬੱਜੀ ਦੀ ਹੈ ਬੈਠਕ ਚ ਆਈ ਆਈ ਐਸ ਸੀ ਬੰਗਲੌਰ ਆਈ ਆਈ ਟੀ ਬੰਬੇ ਆਈ ਆਈ ਟੀ ਮਦਰਾਸ ਤੇ ਆਈ ਆਈ ਟੀ ਕਾਨਪੁਰ ਦੇ ਨਿਦੇਸ਼ਕ ਹੈ ਇਸ ਲਿਆ ਲੋਕਾਂ ਦੀ ਪਰੇਸ਼ਾਨੀਆਂ ਦਾ ਜਾਇਜ਼ਾ ਲੈਣ ਲਈ ਜੰਮੂ ਦੇ ਡਿਪਟੀ ਕਮਿਸ਼ਨਰ ਅੰਸ਼ੁਲ ਕਰਗੋਰੇ ਚੌਕੀ ਚੌਰਾ ਚ ਇੱਕ ਸ਼ਿਵਰ ਲਵਾਈ ਹੈ ਲੋਕਾਂ ਦੀਆਂ ਸਮੱਸਿਆਵਾਂ ਗੀ ਸੁਣਿਆ ਇਸ ਤਰ੍ਹਾਂ ਬਖ ਬਖ ਪੰਚਾਇਤਾਂ ਦੇ ਮੈਂਬਰੇ ਮਤੇ ਸਾਰੇ ਪ੍ਰਤੀਨਿਧੀ ਮੰਡਲਾਂ ਦੇ ਕਨੇ ਮਲਾਟੀ ਕੀਤੀ ਤੇ ਦਰਪੇ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਹੋ ਰਹੀਂਗੀ ਅਵਗਤ ਕਰਵਾਇਆ ਉਹਨੇ ਪੰਚਾਇਤੀ ਰਾਜ ਮੈਂਬਰੇ ਪ੍ਰਤੀਨਿਧੀ ਮੰਡਲਾਂ ਤੇ ਲੋਕਾਂ ਦੀ ਧਿਆਨ ਨੇ ਸੁਣਾਇਆ ਤੇ ਜਾਇਜ਼ ਮੰਗੇ ਤੇ ਹੱਲ ਲਈ ਮੌਕੇ ਪਰ ਗਏ ਮੁਤਲਕਾ ਅਧਿਕਾਰੀਆਂ ਕੀ ਨਿਰਦੇਸ਼ ਵੀ ਜਾਰੀ ਕੀਤੇ ਉਹਨੇ ਪ੍ਰੋਸਾ ਦਵਾਇਆ ਜੇ ਲੋਕਾਂ ਦੀ ਹੈ ਮਤਵੇ ਵਾਲੇ ਮਸਲਿੰਗੀ ਸਰਬੰਦੇ ਥਾਰੇ ਪਰ ਪੁੱਟਿਆ ਜਾ ਤਾਂ ਜੇ ਉਹਦਾ ਵੀ ਹੱਲ ਕੱਢਿਆ ਜਾ ਸਕੇ जम्मू कश्मीर कश्मी के कृषि उत्पादन करसाने के कल्याण संबंधी विभाग ने जम्मू ते कश्मीर दौने डिवीजने सव हासिल होने आई रईबाई तागवानी आश उत्पादकें लिए इलेक्ट्रॉनिक मूल श्रृंखला व्यापार की बढ़ावा देने भीएसई एग्रीकल्चर मार्केटस लिमिटेड भीईएम समझौता किता है रईबई महकमे के प्रधान सचिव नवीन कुमार चौधरी ते तईएएम मुख्य कार्यकारी अधिकारी राजेश सिन्हा होबंधे सहमति समझौते पर दस्तखत कित इस मौके पर जम्मू कश्मीर दौने डिवीजने रईबाई महकमें के डायरैक्टर हो बड़े एलकारी भी उ मौजूद हे इस पहलकदमी का मकसद जम्मू कश्मीर च राई-बाई ते बागवानी के उत्पादों का कल्याण यकनी बनाया एने एक पारदर्शी व्यापक के असरदार ई मार्केटिंग तर सखले पुज उल्ध करवाई जाल्ख्ख्क भर चत्पाद पुजा ਦੀ ਖਬਰਾਂ ਤੋਂ ਆਕਾਸ਼ਵਾਨੀ ਜੰਮੂ ਪਰਾ ਸੁਨਾਰ ਦਿਓ ਤੇ ਹੁਣ ਬਾਕੀ ਦੀਆਂ ਖਬਰਾਂ ਕਨੇ ਵਿਜੇ ਪਾਜਾ ਜੰਮੂ ਕਸ਼ਮੀਰ ਸਰਕਾਰ ਨੇ ਪ੍ਰਦੇਸ਼ ਚ ਪੈਦਾਵਾਂ ਨਿਆਲੇ ਰਾਈ ਬਾਈ ਤੇ ਬਾਗਵਾਨੀ ਉਤਪਾਦ ਦੇਗੀ ਅਵਾਹੀ ਕਾਰਗੋ ਦੇ ਰਾਏ ਪ੍ਰਦੇਸ਼ ਤਮਾ ਬਾਰ ਭੇਜੇ ਜਾਣੀ ਸਰਬੰਦੀ ਪਰਵਾਜ਼ ਨਾਦੀ ਯੋਜਨਾ ਕੀ ਲਾਗੂ ਕਰਨੇ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਸਰਬੰਧ ਅਜ ਅੱਜ ਜਾਰੀ ਕੀਤੇ ਗਏ ਸਰਕਾਰੀ ਹੁਕਮ ਅਮੁਜਬ ਪ੍ਰਦੇਸ਼ ਚ ਉਗਾਏ ਜਾਣੇ ਵਾਲੇ ਊਕੜੇ ਫਲੇ ਜਿਹੜੇ ਤੌਲੇ ਖਰਾਬ ਹੋ ਸਕਦੇ ਨਾ ਗੀ ਬਾਈ ਕਾਰਗੋ ਦੇ ਰਾਏ ਬਾਹਰ ਪੇਜਣੇ ਆਸਤੇ 5% ਸਬਸਿਡੀ ਸਰਬੰਧੀ ਦਰਾਂ ਵਾਰ ਬਖਰੇ ਤੋੜਾ ਪਰ ਅਦੀ ਸੂਚਨਾ ਜਾਰੀ ਕੀਤੀ ਜਾਗ ਇਤਿਲੇਵਾ ਸਰਕਾਰ ਪਾਸਿਆ ਸਮੇ ਸਮੇਸਿਰ ਇੱਕ ਯਮਤੀ ਸੂਚੀਬੱਧ ਅਬਾਈ ਕੰਪਨੀਆਂ ਦੇ ਰਾਏ ਕਾਰਗੋ ਸ਼ੁਲਕ ਪਰ ਵੀ ਸਬਸਿਡੀ ਉਪਲਬਧ ਕਰਵਾਈ ਜਾਗ ਉਕਮੇ ਚੀ ਵੀ ਆਖਿਆ ਗਿਆ ਹੈ ਜੇ ਇਸ ਯੋਜਨਾ ਕੀ ਪਸ਼ੂ ਤੇ ਪਿਡ ਪਾਲਨ ਤੇ ਮੱਛੀ ਪਾਲਨ ਮਹਿਕਮੇ ਪਾਸੇ ਵੀ ਅਪਣਾਇਆ ਜਾ ਸਕਦਾ ਹੈ ਇਹ ਬੈਂਕ ਨੇ ਤੌਲੇ ਖਰਾਬ ਬੁਨੀ ਵਾਲੇ ਆਪਣੇ ਉਤਪਾਦ ਦੇਗੀ ਇਸ ਯੋਜਨਾ ਦੇ ਦਾਇਰੇ ਅਠ ਨਹੀਂ ਸਕਦੇ ਨ ਪਰ ਇਆਂ ਕੀਤਾ ਜਾਣਾ ਰੁਪਏ ਪੈਸੇ ਦੀ ਉਪਲਬਧਤਾ ਉਪਰ ਨਿਰਭਰ ਕਰੇਗਾ ਪਿਛਲੇ ਕੁਝ ਦਿਨਾਂ ਦੌਰਾਨ ਡਰੋਨ ਨੇ ਸਰਬੰਧੀ ਗਤੀਵਿਧੀਆਂ ਵਧਨੇ ਤੇ ਡੁਵਾਰੀ ਪਰ ਨਿਆਲੇ ਇਸ ਕਿਸਮ ਦੇ ਉਰ ਨੇ ਉਪਕਰਣੇ ਪਾਸਿਆ ਬਾਰ ਬਾਰ ਬਾਹਰੀ ਸੀਮਾ ਦੀ ਉਲੰਘਣਾ ਕੀਤੇ ਜਾਣ ਦੇ ਮੱਦੇ ਨਜ਼ਰ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜੰਮੂ ਵਾਲੇ ਰਾਜ ਭਵਨ ਤੇ ਸਿਵਲ ਸੈਕਟਰੀਟ ਦੀ ਨੋ ਫਲਾਈ ਜ਼ੋਨ ਕਰਾਰ ਦਿੰਦੀ ਹੋਈ ਜ਼ਿਲ੍ਹੇ ਚ ਲੈਫਟੇਨੈਂਟ ਗਵਰਨਰ ਹੁੰਦੇ ਕਿਸੇ ਵੀ ਕਾਰਜਕ੍ਰਮ ਦੇ ਦੌਰਾਨ ਡਰੋਨ ਕੈਮਰਿੰਗ ਦੇ ਇਸਤੇਮਾਲ ਉੱਪਰ پابੰਦੀ ਲਾਈ ਦਿੱਤੀ ਹੈ ਜੰਮੂ ਵਾਲੇ ਵਾਇੂ ਸੈਨਾ ਸਟੇਸ਼ਨ ਕੀ ਅਤੰਕਵਾਦੀਆਂ ਪਾਸਿਆਂ ਨਿਸ਼ਾਨਾ ਬਣਾਏ ਜਾਣੇ ਤੇ ਮਗਰਾ ਜੰਮੂ ਦੇ ਕਈ ਇਲਾਕਿਆਂ ਚ ਮੱਤਵਪੂਰਨ ਫੌਜੀ ਠਿਕਾਣੇ ਪਰ ਡਰੋਨ ਨੇ ਸਰਬੰਦੀ ਗਤੀਵਿਧੀਆਂ ਸਾਹਮਣੇ ਆਉਣੇ ਦੀ ਪਚੋਕੜਾ ਚ ਇਹ ਫੈਸਲਾ ਲਇਤਾ ਗਿਆ ਹੈ ਜੰਮੂ ਦੇ ਡਿਪਟੀ ਕਮਿਸ਼ਨਰ ਅਨਸ਼ੁਲ ਗਰਗੁੰਦੇ ਪਾਸਿਆਂ ਜਾਰੀ ਕੀਤੇ ਗਏ ਹੁਕਮ ਅ ਮੁਜਬ ਰਾਜ ਭਵਨ ਜੰਮੂ ਤੇ ਸਿਵਲ ਸੈਕਟਰੀਏਟਸ ਹਨ ਲੈਫਟੇਨੈਂਟ ਗਵਰਨਰ ਹੁੰਦੇ ਕਾਰਕ੍ਰਮੀਆਂ ਲਈ ਬਕਬਕ ਥਾਰੇਗੀ ਵੀ ਨੋ ਫਲਾਈ ਜ਼ੋਨ ਕਰਾਰ ਦੇ ਦਿੱਤਾ ਗਿਆ ਹੈ ਉਕ ਮਾਚ ਆਖਿਆ ਗਿਆ ਜੇ ਜੰਮੂ ਜ਼ਿਲ੍ਹੇ ਚ ਇਨੇ ਸਬਨੇ ਥਾਰੇ ਪਰ ਕੁਸਾ ਵੀ ਡਰੋਨ ਜਾਂ ਐਸੇ ਹੋਰ ਨੇ ਉਪਕਰਨ ਨੇ ਉਪਕਰਨ ਨੇ ਦੇ ਦੁਆਰੀ ਪਰ ਨੇ ਪਰ ਪੂਰੀ ਚਾਲੀ ਪਾਬੰਦੀ ਲਾਇ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਹੋਰੇ ਐਸਐਸਪੀ ਜੰਮੂ ਹੋਰੇ ਕੀ ਆਖਿਆ ਜਿਓ ਇਸ ਕਦ ਉਕ ਮਾ ਦੀ ਜ਼ਮੀਨੀ ਸਤਹ ਪਰ ਅਮਲਾਵਰੀ ਕੀ ਯਕੀਨੀ ਬਣਾਨ ਮੁਲਕ ਪਰ ਅਜ ਅਜੰਧਕਰ 63 ਕਰੋੜ 48 ਲੱਖ ਥਮਾ ਬੱਦ ਕੋਵਿਡ ਥਮਾ ਬਚਾਲੇ ਟੀਕੇ ਦੀਆਂ ਖੁਰਾਕਾਂ ਲਾਭਰਤਿਆਂ ਗਿਲਾਈਆਂ ਗਈਆਂ ਪਿਛਲੇ 24 ਘੰਟੇ ਦੇ ਦਰਾਨ 3381000 ਕੋਵਿਡ ਥਮਾ ਬਚਾਲੀਆਂ ਖੁਰਾਕਾਂ ਲਾਭਰਤਿਆਂ ਗਿਲਾਈਆਂ ਗਈਆਂ कोरोना से ग्रस्त मरीजो दे ठीक हो ने दी दर मुल्क पर अछ 97.81 प्रतिशत होई है इस लागत वा ग्रस्त 2 करोड़ 98 लाख थमा बाद मरीज ठीक हो चुके दिन जड़े पिछले 24 घंटे दे दौरान गए 45892 नवे मामले सामने आए न मुल्क पर अछ ले कोविड दे एक्टिव मामले दी गिनती 460704 है ਕੁੱਲ ਮਾਮਲਿਆਂ ਦੇ ਮੁਕਾਬਲੇ ਐਕਟਿਵ ਮਾਮਲੇ ਛੜੇ 2.67% ਨ ਰੋਜ਼ ਸਾਹਮਣੇ ਆਉਣੇ ਵਾਲੇ ਮਾਮਲਿਆਂ ਦੀ ਦਰ 2.42% ਹੈ ਪਿਛਲੇ 24 ਘੰਟਿਆਂ ਦੇ ਦੌਰਾਨ 817 ਲੋਕਾਂ ਦੀ ਇਸ ਸੰਕਰਮਣ ਕਰੀਮ ਹੋ ਤੋਈ ਹੈ ਕੋਵਿਡ ਸਰਪੰਤੀ ਜਾਂਚਾਂ ਦੀ ਸਮਰਥ ਕੀ ਬਿਲਾਕਾਤਾਰ ਵਧਾਇਆ ਗਿਆ ਹੈ ਅਜਿੰਤਾਕਰ 42 ਕਰੋੜ 52 ਲੱਖ ਤੋਂ ਬਾਅਦ ਕੋਵਿਡ ਦੇ ਨਮੂਨੇ ਦੀ ਜਾਂਚ ਕੀਤੀ ਜਾ ਚੁੱਕੀ ਦੀ ਹੈ ਕੋਵਿਡ ਮਹਾਮਾਰੀ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤਰੀ 'ਚ ਰੋਜ਼ਾ ਦੇ ਰੋਜ਼ ਆਬਾ ਕਰਦੀ ਕਮੀ ਤੇ ਹਸਪਤਾਲਾਂ 'ਚ ਦਾਖਲ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਕਟਦੀ ਗਿਣਤਰੀ ਤੇ ਚਲਦੇ ਕੋਵਿਡ ਮਹਾਮਾਰੀ ਦੀ ਦੂਈ ਲਹਿਰ ਦਾ ਅਸਰ ਬੜੀ ਅੱਧ ਤੱਕਰ ਘਟੋਈ ਕਿ ਦਮੰਨਿਆ ਜਾ ਰਿਹਾ ਹੈ। ਉहां ਲੋਕਾਂ 'ਚ ਉਹਨ ਬਿੰਦ ਲਾਪਰਵਾਹੀ ਵੀ ਦਿਖੀ ਜਾ ਕਰਦੀ ਹੈ ਜਿਹੜੀ ਮਾਹਰਾਂ ਦਾ ਮੰਨਣਾ ਹੈ ਜੇ ਮਤੀ ਖਤਰਨਾਕ ਸਾਬਤ ਹੋਈ ਸਕਦੀ ਹੈ ਤੇ ਕਨਾਂ ਕੋਵਿਡ ਮਹਾਮਾਰੀ ਦੀ ਤ੍ਰੀ ਲਹਿਰ ਅਸਤੇ ਇੱਕ ਬੁਨਿਆਦ ਵੀ ਬਣੀ ਸਕਦੀ ਹੈ। ਕੋਵਿਡ ਕਾਰਨ ਬਣੀ ਦਿਯਾ ਲਾਤ ਉੱਪਰ ਲੋਪੰਦੀ ਹੋਈ ਜੀ ਐਮ ਸੀ ਸ਼ਟਨਗਰ ਚ ਸਮੁਦਾਇਕ ਮੈਡੀਸਿਨ ਦੇ ਪ੍ਰੋਫੈਸਰ ਤੇ ਪ੍ਰਮੁਖ ਡਾਕਟਰ ਮੁਹੰਮਦ ਸਲੀਮ ਖਾਨ ਨੇ ਆਜਾ ਕੇ ਐ ਜੇ ਕੋਵਿਡ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਚ ਕਮੀ ਤੇ ਇਸ ਕਰ ਹੀ ਉਹਨਿਆਂ ਲਈ ਮੌਤਾਂ ਦਾ ਅੰਕੜਾ ਘਟੋਣਾ ਇਸ ਗੱਲ ਦੀ ਦਿਲਬਧਾਨੀ ਵਾਲੀ ਸਾਰਤ ਹੈ ਜੇ ਕੋਵਿਡ ਦੀ ਦੂਈ ਲਹਿਰ ਖਿਲਾਫ ਲੜਾਈ ਉਹਨ ਜਿੱਤੀ ਜਾ ਕਰਦੀ ਹੈ ਡਾਕਟਰ ਸਲੀਮ ਨੇ ਉਹਾਂ ਖਬਰਦਾਰ ਵੀ ਕੀਤਾ ਹੈ ਜੇ ਮਾਮਲਿਆਂ ਚ ਕਮੀ ਆਉਣੇ ਕਰੀ ਲੋਕ ਨੂੰ ਬੇਤਲਾ ਪ੍ਰਭਾਵੀ ਹੋ ਆ ਕਰ ਦੇ ਨ ਤੇ ਇੰਹਾਂ ਕੀਤਾ ਜਾਣਾ ਇਸ ਮਹਾਮਾਰੀ ਦੀ ਤ੍ਰੀ ਲਹਿਰ ਦੇ ਆਉਣੇ ਦੀ ਵਜ੍ਹਾ ਸਾਬਤ ਹੋ ਸਕਦਾ ਹੈ ਉਨੇ ਖਬਰਦਾਰ ਕਰਤੀਓ ਯਾ ਕਿ ਅਜੇ ਕੋਵਿਡ ਦੀ ਤਰੀ ਲਹਿਰ ਮਤੀ ਖਤਰਨਾਕ ਤੇ ਜਾਨਲੇਵਾ ਹੋ ਸਕਦੀ ਹੈ। ਉਨੇ ਆਖਿਆ ਜੇ ਬਾਜ਼ਾਰਾਂ ਚ ਲੋਕਾਂ ਦੀ ਮਤੀ ਭੀੜ ਤੇ ਵਿਆਹ ਸ਼ਾਦੀਆਂ ਚ ਬਿਜਨ ਮਾਸਕ ਤੇ ਬਿਜਨ ਸਮਾਜੀ ਛਿੰਡੇ ਦੇ ਵੱਡੇ ਕਿੱਠ ਲਾਇਆ ਜਾਣਾ ਬੜਾ ਖਤਰਨਾਕ ਹੋ ਸਕਦਾ ਹੈ। ਉਨੇ ਆਖਿਆ ਜੇ ਬਜ਼ੁਰਗ ਲੋਕਾਂ ਦਾ ਟੀਕਾ ਕਰਨ ਉਨ ਤਕਰੀਬਨ ਪੂਰਾ ਕਰ ਲਤਾ ਗਿਦਾ ਤੇ 18 ਬਰੇਸ਼ਾ ਮਤੀ ਉਮਰ ਦੇ ਲੋਕਾਂ ਕੀ ਵੀ ਕੋਵਿਡ ਸ਼ਾ ਬਚਾਲਾ ਟੀਕਾ ਲਗਵਾਈ ਲੈਣਾ ਲੋਟ ਚਦਾ ਹੈ। ਉਨੇ ਆਖਿਆ ਜੇ ਹੁਣ ਗਰਭਵਤੀ ਮਹਿਲਾਇਆਂ ਕੀ ਵੀ ਟੀਕਾ ਲਗਵਾਨੇ ਦੇ ਖੁੱਲ ਦੇ ਦਿੱਤੀ ਗਈ ਹੈ। ਰਿਆਸੀ ਦੇ ਡਿਪਟੀ ਕਮਿਸ਼ਨਰ ਚਰਨਦੀਪ ਸਿੰਘੂ ਨੇ ਆਖਿਆ ਜੇ ਜ਼ਿਲ੍ਹੇ ਚ ਕੋਵਿਡ ਸਰबंदी ਅਲਾਤ ਬੇਤਰੂਆ ਕਰ ਦਿਨ ਕੋਵਿਡ თਮਾ ਗ੍ਰਸਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਜ਼ਿਲ੍ਹੇ ਚ ਇਸਲਾ 96.97% ਗਈ ਹੈ ਮੀਡੀਆ ਕਨੇ ਗੱਲਬਾਤ ਕਰਦੀ ਹੋਈ ਰਿਆਸੀ ਦੇ ਡਿਪਟੀ ਕਮਿਸ਼ਨਰ ਹੋਰੇ ਸਭ ਨੇ ਕੀ ਅਪੀਲ ਕੀਤੀ ਜਿਉ ਅਜੇ ਵੀ ਮੂੰਹਾਂ ਪਰ 마ਸਕ ਲਾਨ ਕੋਵਿਡ ਸਰਬੰਧੀ ਲੋਟਚ ਦਾ ਬੁਬਾਰ ਅਪਣਾਨ ਤੇ ਕੋਵਿਡ ਤੋਂ ਬਚਾ ਲਈ ਸਭ ਨੇ ਨਿਯਮੇ ਕਾਇਦੇ ਤੇ ਮਾਨਕ ਸੰਚਾਲਨ ਪ੍ਰਕਿਰਿਆਵਾਂ ਦਾ ਪੂਰਾ ਪੂਰਾ ਪਾਲਨ ਕਰਨ ਔਰ ਬਿਉਰਾ ਦਿੰਦੀ ਹੋਈ ਉਹਨੇ ਆਖਿਆ ਜੇ ਪਿਛਲੇ ਇੱਕ ਹਫਤੇ ਦਰਨ ਰਿਆਸੀ ਚ ਕੋਵਿਡ ਦੇ 217 ਮਾਮਲੇ ਸਾਹਮਣੇ ਆਏ ਜਿਨਦੇ ਚਾ 10 ਗੈ ਮੁਕਾਮੀ ਹੈ ਬਾਕੀ ਦੇ ਸਭ ਯਾਤਰੀ ਹੋ ਉਹਨੇ ਗਲਾਇਆ ਚ 23 ਜੁਲਾਈ ਦੇ ਮਗਰ ਕੋਈ ਵੀ ਨਵਾਂ ਮਾਮਲਾ ਜ਼ਿਲ੍ਹੇ ਚ ਸਾਹਮਣੇ ਨਹੀਂ ਆਇਆ ਹੈ تیونہ خبراں چ خاص خاص خبراں ایک بار ہی پڑھتی ہے কেন্দ্রীয় মন্ত্রীमंडल چ نئے شامل کیتے گئے منتریے اپنے محکمہ دا کام کاج سنبھالتا ہے अनुराग ठाकुरو نے सूचना تے प्रसारण منٹری دے طور اوپر اپنی ذمہ داری سنبھالی ہے پردھانमन्त्री नरेन्द्र موتیو نے কেন্দ্র پاسیا پرایوجیت تکنیکی ادارے دے ڈائریکٹر نال گل بات کیتی ہے جموں کشمیر دی سرکار نے কেন্দ্রশাসت پردیش چ بازاراں کنے جڑی دی مدد علی یوجنا پرواز دی لاگو کرنے دی منظوری دے دیتی ہے تے جموں والے راجپوبن تے سویل سیکریٹریٹ دی نو فلائی زون کوشیش کیتا گیا ਜੰਮੂ ਜ਼ਿਲ੍ਹੇ ਦੇ ਲੈਫਟੇਨੈਂਟ ਗਵਰਨਰوں ਦੇ ਕਾਰਜਕ੍ਰਮੇ ਦੌਰਾਨ ਡਰੋਨ ਤੇ ਐਸੇ ਹੋਰ ਨੇ ਉਪਕਰਣ ਦੇ ਇਸਤੇਮਾਲ ਉਪਰ ਰੋਕ ਲਾਈ ਦਿੱਤੀ ਗਈ ਹੈ ਇਹ ਦੇਖਣਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋ ਗਿਆ